ਇਹ ਸ਼ਬਦ ਜੋ ਮਹਾਰਾਜ ਜੀ ਨੇ ਪੜਿਆ ਮਹੀਵਾਲ ਨੂੰ ਸੋਹਣੀ ਨੇਤਰ ਦੀ ਰਾਤੀ ਇਹ ਸੰਤ ਰਾਮ ਸਿੰਘ ਪ੍ਰਤਾਪ ਸਿੰਘ ਇਹ ਰਾਤ ਨੂੰ ਪੜਦੇ ਹੁੰਦੇ ਸਨ ਉਹਨਾਂ ਦਾ ਨਾਂ ਹੀ ਤਰਦੀ ਰਾਤੀ ਪੈ ਗਿਆ ਵੀ ਸ਼ਬਦ ਇਹ ਪੜਦੇ ਸਨ ਤੇ ਮਹਾਰਾਜ ਨੂੰ ਬੜਾ ਪਸੰਦ ਸੀ ਇੱਕ ਕੀਰਤਨ ਵਿੱਚ ਮਹਾਰਾਜ ਨੇ ਜ਼ਿਕਰ ਵੀ ਕੀਤਾ ਹੈ ਕਿ ਮੈਂ ਰਾਤੀ ਆਇਆ ਉਸ ਵੇਲੇ ਰਾਤ ਦੇ 12:00 ਵਜੇ ਡਿਊਟੀ ਹੁੰਦੀ ਸੀ ਇਹਨਾਂ ਦੀ ਸੰਤ ਪ੍ਰਤਾਪ ਸਿੰਘ ਜੀ ਰਾਮ ਸਿੰਘ ਜੀ ਦੇ ਤੇ ਜਿੱਥੇ ਗੋਲਕ ਹੈ ਇੱਥੇ ਮਹਾਰਾਜ ਜੀ ਬੈਠੇ ਉਹਨਾਂ ਨੇ ਇਹੀ ਸ਼ਬਦ ਉਸ ਵੇਲੇ ਰਾਤੀਂ ਗਾਇਆ ਅਤੇ ਮਨ ਦੀ ਅਵਸਥਾ ਹੁੰਦੀ ਹੈ ਮਹਾਰਾਜ ਜੀ ਕਹਿਣ ਲੱਗੇ ਮੈਨੂੰ ਇੰਝ ਜਾਪਿਆ ਜਿਵੇਂ ਉਹ ਸਾਹਮਣੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਤਸਵੀਰ ਜਿੱਥੇ ਹੈ ਔਰ ਇਹ ਰਸਤੇ ਜਿਹੜਾ ਜਲ ਆ ਰਿਹਾ ਇੰਝ ਜਾਪਿਆ ਜਿਵੇਂ ਇਹ ਨਦੀ ਹੈ ਔਰ ਮੈਂ ਤਰਦਾ ਜਾ ਰਿਹਾ ਤਰਦੀ ਰਾਤੀ ਤਰਦੀ